ਚੰਡੀਗੜ੍ਹ ਤੋਂ ਡਰੱਗ ਆਫੀਸਰ ਇੱਥੇ ਪਹੁੰਚੇ ਨੇ ਅੱਜ ਸਰ, ਉਹ ਕਿਸ ਮਾਮਲੇ ਦੇ ਸੰਬੰਧੀ ਇੱਥੇ ਸਰਚ ਕਰਨ ਆਏ ਨੇ ਜਾਂ ਕਿ ਜਾਂ ਮਤਲਬ ਕਿਸ ਕਿਉਂ ਆਏ ਨੇ? ਉਹ ਬਾਬਾ ਨਰਵੀਰ ਸਿੰਘ ਨੇ ਜਿਹੜੇ ਜੀ ਜੀ ਉਹਨਾਂ ਦੇ ਸੰਬੰਧ 'ਚ ਆਏ ਸੀ। ਠੀਕ ਹੈ। ਉਹਨਾਂ ਦੇ ਸੰਬੰਧ 'ਚ ਉਹਨਾਂ ਨੂੰ ਜੋ ਵੀ ਡਾਕੂਮੈਂਟ ਨੇ ਪੁਲਿਸ ਦੇ ਕੋਲ ਲੀਗਲ ਕੋਰਟ ਦੇ ਸਟੱਡੀ ਦੇ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤੇ ਨੇ, ਜਿਹਨਾਂ ਨਾਲ ਉਹ ਸੈਟਿਸਫਾਈਡ ਵੀ ਨੇ। ਆਪਣੀ ਰਿਪੋਰਟ ਪਾ ਕੇ ਬੜੇ ਸੰਤੁਸ਼ਟ ਗਏ ਨੇ ਇੱਥੇ। ਬਾਕੀ ਉਹਨਾਂ ਨੇ ਰਿਪੋਰਟ ਹਾਈ ਕੋਰਟ 'ਚ ਪੇਸ਼ ਕਰਨੀ ਹੈ, ਸਾਰੀ ਵਿਸਤਾਰ ਨੇ ਰਿਪੋਰਟ ਪਰ ਉਹਦੇ 'ਚ। ਠੀਕ ਹੈ। ਪਰ ਜਿਹੜੀ ਨਰਵੀਰ ਸਿੰਘ ਆ, ਇਹ ਪੁਲਿਸ ਨੇ ਜਿਹੜਾ ਹੈ ਆਪਣੇ ਕਸਟਡੀ ਦੇ ਵਿੱਚ ਅੰਡਰ ਸੈਕਸ਼ਨ ਕੀ ਰੱਖਿਆ ਜੀ ਇਹਦੇ ਇਹਦੇ ਕਿਹੜੇ? ਇਹ ਜੁਰਮ ਰੋਕੂ ਕਾਰਵਾਈ ਦੇ ਵਿੱਚ 107-151 ਦੇ ਵਿੱਚ ਮਾਨਯੋਗ ਉਪ ਮੰਡਲ ਰਜਿਸਟਰਡ 'ਤੇ ਪੇਸ਼ ਕੀਤਾ ਸੀ ਜੀ, ਜਿਹਨਾਂ ਨੇ ਉਹਨਾਂ ਨੂੰ 20 ਤਰੀਕ ਤੱਕ ਜਿਹੜਾ ਉਹ ਜੁਡੀਸ਼ਲ ਕਸਟਡੀ 'ਚ ਭੇਜਿਆ। ਇਸ ਤੋਂ ਇਲਾਵਾ ਇਹਨਾਂ ਦੇ ਖਿਲਾਫ਼ ਕੋਈ ਹੋਰ FIR ਫਿਲਹਾਲ ਤਾਂ ਕੋਈ ਨਹੀਂ ਹੈਗਾ। ਠੀਕ ਹੈ ਜੀ। ਅਤੇ ਇਹ ਮਤਲਬ 750 ਨੇ ਕੀਤਾ ਵੀ 750 'ਚ ਕੀਤਾ ਜੀ? ਨਹੀਂ ਜੀ, 750 'ਚ ਜਿਹੜਾ ਬੰਦਾ ਭੱਜ ਜਾਂਦਾ ਉਹਦੀ ਹੁੰਦੀ ਹੈ, 751 ਜਿਹੜਾ ਅਰੈਸਟ ਕੀਤਾ ਹੁੰਦਾ ਬੰਦਾ ਉਹ। ਇਹ ਸਿੰਗਲ ਸਾਈਡ ਹੀ ਹੈ ਜੀ, ਇਕੱਲੇ ਦੀ ਕਸਟਡੀ ਦੇ ਵਿੱਚ? ਨਹੀਂ, ਦੂਸਰੇ ਬੰਨੇ ਵੀ ਦੋ ਆਦਮੀ ਸੀਗੇ ਅਰੈਸਟ ਸੀ, ਉਹ ਜੇਲ੍ਹ 'ਚ ਭੇਜਤੇ ਅੱਜ, ਉਹ ਵੀ ਅੱਜ ਉਹ ਵੀ 20 ਤਰੀਕ ਤੱਕ ਹੀ ਉਹਨਾਂ ਦੇ 20 ਤਰੀਕ ਹੀ ਹਾਂ ਉਹਨਾਂ ਦੀ ਕਰੋਨਾ ਰਿਪੋਰਟ ਆ ਗਈ ਸੀ, ਉਹ ਵੀ 20 ਤਰੀਕ ਤੱਕ ਦੋ ਬੰਦੇ। ਅੱਛਾ, ਦੂਜੀ ਪਾਰਟੀ ਦੇ ਦੂਜੀ ਪਰਸਨ। ਓਕੇ ਜੀ, ਓਕੇ, ਥੈਂਕ ਯੂ।